ਹੁਣ ਤੱਕ ਜ਼ੀਕਾ ਵਾਇਰਸ ਦੇ 29 ਮਾਮਲੇ ਪਾਏ ਗਏ ਪੋਜ਼ਿਟਿਵ। ਸਿਹਤ ਵਿਭਾਗ। ਰਾਜਸਥਾਨ ਦੇ ਸਿਹਤ ਵਿਭਾਗ ਦੀ ਵਧੀਕ ਮੁੱਖ ਸਕੱਤਰ ਵੀਨੂ ਗੁਪਤਾ ਨੇ ਦੱਸਿਆ ਕਿ ਰਾਜਸਥਾਨ 'ਚ ਹੁਣ ਤੱਕ ਜ਼ੀਕਾ ਵਾਇਰਸ ਦੇ 29 ਮਾਮਲੇ ਪੋਜ਼ਿਟਿਵ ਪਾਏ ਗਏ ਹਨ। ਅੱਜ ਦੀ ਤਾਰੀਖ ਮੇਂ ਰੋਜ਼ ਕਰੀਬ 150 ਸੇ 200 ਟੀਮਸ ਸਵਾਸਥ ਵਿਭਾਗ ਕੀ ਪੂਰੇ ਏਰੀਆ ਮੇਂ ਇੱਕ ਤਰ੍ਹਾਂ ਕਾ ਮੈਂ ਕਹੂੰ ਉਸਕੋ ਕੋਂਬਿੰਗ ਆਪਰੇਸ਼ਨ ਕਰ ਰਹੀ ਹੈ। ਘਰ ਘਰ ਜਾ ਕੇ ਸਰਵੇ ਕੀਆ ਜਾ ਰਹਾ ਹੈ। ਅਬ ਤੱਕ ਲਗਭਗ 26,000 ਘਰੋਂ ਕਾ ਸਰਵੇ ਕੀਆ ਜਾ ਚੁਕਾ ਹੈ ਔਰ ਇਸਮੇ ਹਮ ਜਿਤਨੇ ਵੀ ਫੀਵਰ ਕੇ ਕੇਸਿਸ ਹੈ ਉਨਕੋ ਆਈਡੈਂਟੀਫਾਈ ਕਰ ਰਹੇ ਹੈ, ਉਨਕੀ ਲਾਈਨ ਲਿਸਟਿੰਗ ਕਰ ਰਹੇ ਹੈ, ਜਿਤਨੀ ਵੀ ਪ੍ਰੈਗਨੈਂਟ ਮਹਿਲਾਏ ਹੈ ਉਨਕੀ ਲਾਈਨ ਲਿਸਟਿੰਗ ਕਰ ਰਹੇ ਹੈ ਔਰ ਜਹਾਂ ਵੀ ਗਈ ਹਮੇ ਯੇ ਲਗਤਾ ਹੈ ਕਿ ਇਸਕੀ ਸੈਂਪਲ ਲੇਨੇ ਕੀ ਆਵਸ਼ਕਤਾ ਹੈ ਤੋ ਲਾਰਜ ਸਕੇਲ ਪਰ ਸੈਂਪਲ ਵੀ ਲੀਏ ਜਾ ਰਹੇ ਹੈ ਔਰ ਟੈਸਟਿੰਗ ਲਗਾਤਾਰ SMS ਮੈਡੀਕਲ ਕਾਲਜ ਮੇਂ ਕੀ ਜਾ ਰਹੀ ਹੈ। ਕੁਛ ਸ਼ੁਰੂ ਮੇਂ ਕਿਉਂਕਿ ਨਯਾ ਥਾ ਤੋ ਹਮ ਲੋਗ ਕੋ ਯੇ ਆਈਡੀਆ ਨਹੀਂ ਥਾ ਕਿ SMS ਕੀ ਜੋ ਟੈਸਟਿੰਗ ਹੈ ਉਸ ਪਰ ਹਮ ਕਿਤਨਾ ਉਸਕੋ ਮਾਨ ਸਕਤੇ ਹੈ ਤੋ ਹਮਨੇ ਇੱਕ ਕੋਰੋਬੋਰੇਟਰੀ ਟੈਸਟਿੰਗ ਜੋ ਹੈ ਵੋ NIV ਪੁਣੇ ਮੇਂ ਵੀ ਕਰਾਈ ਲੇਕਿਨ ਰਿਜ਼ਲਟਸ ਲਗਭਗ ਵਹੀ ਆਏ ਹੈ ਜੋ SMS ਕੇ ਰਿਜ਼ਲਟਸ ਥੇ ਔਰ ਇਸ ਲਈ ਹਮਾਰੀ ਜੋ SMS ਕੀ ਲੈਬੋਰੇਟਰੀ ਕੇ ਰਿਜ਼ਲਟਸ ਹੈ ਵੋ ਪੂਰੀ ਤਰ੍ਹਾਂ ਸੈਂਟਰਲ ਟੀਮ ਨੇ ਵੀ ਉਸਕੋ ਯੇ ਮਾਨਾ ਹੈ ਕਿ ਵੋ ਪੂਰੀ ਤਰ੍ਹਾਂ ਰਿਲਾਇਬਲ ਹੈ ਔਰ ਅਬ ਹਮ ਉਸੀ ਪਰ ਆਗੇ ਕਾਮ ਕਰ ਰਹੇ ਹੈ। ਟੋਟਲ ਪੋਜ਼ਿਟਿਵ ਕੇਸਿਸ ਅਭੀ ਤੱਕ 29 ਹੈ।